ਪੰਜਾਬ ਦੇ ਲੁਧਿਆਣਾ ਦੇ ਵਿੱਚ ਸਕੂਲ ਅਧਿਆਪਕਾਂ ਤੇ ਵਿਦਿਆਰਥੀ ਤੇ ਪਰਿਵਾਰਕ ਮੈਂਬਰਾਂ ਨੇ ਮਾਰ ਕੁਟਾਈ ਦੇ ਗੰਭੀਰ ਆਰੋਪ ਲਗਾਏ ਨੇ। ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਬੱਚੇ ਦੇ ਮੂੰਹ ਤੇ ਅਧਿਆਪਕਾਂ ਨੇ ਥੱਪੜ ਮਾਰੇ ਅਤੇ ਡੰਡਿਆਂ ਦੇ ਨਾਲ ਉਸਦੀ ਪਿਟਾਈ ਕੀਤੀ ਜਾਂਦੀ ਹੈ। ਦੱਸਦੇ ਕਿ ਬਰਬਰਤਾ ਦੇ ਨਾਲ ਮਾਰ ਕੁਟਾਈ ਹੋਣ ਤੋਂ ਬਾਅਦ ਬੱਚਾ ਸਹਿਮਿਆ ਹੋਇਆ। ਜਾਣਕਾਰੀ ਦਿੰਦੇ ਹੋਏ ਵਿਸ਼ਾਲ ਸੱਡਾ ਨੇ ਵੀ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਅਮਨ ਟਿੱਬਾ ਰੋਡ ਇਲਾਕੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੰਜਵੀਂ ਜਮਾਤ ਦੇ ਵਿੱਚ ਪੜ੍ਹਦਾ ਹੈ। ਦੋ ਦਿਨ ਉਸਦੇ ਭਰਾ ਨੇ ਸਕੂਲ ਦੀ ਛੁੱਟੀ ਕੀਤੀ ਸੀ। ਅੱਜ ਉਹ ਨਾਨੀ ਦੇ ਘਰ ਤੋਂ ਵਾਪਸ ਆਇਆ। ਉਹ ਦੁਪਹਿਰ ਸਕੂਲ ਵਿੱਚ ਟਿਊਸ਼ਨ ਪੜ੍ਹਨ ਦੇ ਲਈ ਗਿਆ। ਜਦ ਮੈਥ ਦਾ ਵਿਸ਼ਾ ਪੜ੍ਹਾਉਣ ਵਾਲੀ ਅਧਿਆਪਕਾ ਨੇ ਉਸਨੂੰ ਕਿਹਾ ਕਿ ਦੋ ਦਿਨ ਦੀਆਂ ਛੁੱਟੀਆਂ ਤੂੰ ਕਿਉਂ ਕੀਤੀਆਂ। ਜਿਸ ਤੋਂ ਬਾਅਦ ਵਿਸ਼ਾਲ ਨੇ ਕਿਹਾ ਕਿ ਇਸੇ ਕਾਰਨ ਅਧਿਆਪਕਾ ਨੇ ਅਮਨ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰੇ, ਉਸਦੀ ਡੰਡਿਆਂ ਦੇ ਨਾਲ ਪਿਟਾਈ ਕੀਤੀ ਗਈ। ਅਧਿਆਪਕਾ ਤੋਂ ਜਦ ਮਾਰ ਕੁਟਾਈ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ, ਇਸ ਕਾਰਨ ਉਸਨੇ ਗੁੱਸੇ ਵਿੱਚ ਆ ਕੇ ਅਮਨ ਦੀ ਪਿਟਾਈ ਕੀਤੀ ਹੈ। ਵਿਸ਼ਾਲ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਉਸਦੇ ਭਰਾ ਦੇ ਨਾਲ ਕਈ ਵਾਰ ਉਹ ਅਧਿਆਪਕਾ ਮਾਰ ਕੁਟਾਈ ਕਰ ਚੁੱਕੀ ਹੈ। ਵਿਸ਼ਾਲ ਮੁਤਾਬਕ ਜੇਕਰ ਉਸਦੇ ਭਰਾ ਨੇ ਸਕੂਲ ਦੀ ਛੁੱਟੀ ਕੀਤੀ ਹੈ ਤਾਂ ਸਕੂਲ ਪ੍ਰਸ਼ਾਸਨ ਉਸਨੂੰ ਬਣਦਾ ਜੁਰਮਾਨਾ ਕਰੇ, ਨਾ ਕਿ ਉਸਦੇ ਭਰਾ ਦੀ ਮਾਰ ਕੁਟਾਈ ਕੀਤੀ ਜਾਵੇ। ਜਦਕਿ ਸਕੂਲ ਪ੍ਰਿੰਸੀਪਲ ਦਾ ਨੰਬਰ ਮੰਗਿਆ ਗਿਆ ਤਾਂ ਸਟਾਫ ਨੇ ਉਹਨਾਂ ਦਾ ਨੰਬਰ ਹੀ ਸਾਂਝਾ ਨਹੀਂ ਕੀਤਾ। ਵਿਸ਼ਾਲ ਦੇ ਮੁਤਾਬਕ ਅਮਨ ਦਾ ਮੈਡੀਕਲ ਕਰਵਾ ਕੇ ਥਾਣਾ ਟਿੱਬਾ ਦੀ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ। ਹਾਂਜੀ ਭਾਈ, ਅੱਜ ਤੁਸੀਂ ਸਿਵਲ ਹਸਪਤਾਲ ਆਏ ਹੋ, ਕੀ ਹੋਇਆ? ਮੇਰਾ ਨਾ ਬ੍ਰਦਰ ਸਕੂਲ ਚ ਪੜ੍ਹਦਾ ਆਪਣਾ, ਪਾਰ ਸਕੂਲ ਚ। ਅੱਛਾ। ਤੇ ਇਹਨੇ ਨਾ ਦੋ ਦਿਨ ਹੋ ਗਏ ਛੁੱਟੀ ਮਾਰੀ ਸੀਗੀ। ਅੱਛਾ। ਤੇ ਅੱਜ ਵੀ ਛੁੱਟੀ ਸੀਗੀ, ਤਕਰੀਬਨ ਸਵੇਰੇ ਹੀ ਆਇਆ ਸੀਗਾ ਨਾਨਕਿਓਂ। ਅੱਛਾ। ਤੇ ਦੁਪਹਿਰੇ ਟਿਊਸ਼ਨ ਤੇ ਗਿਆ ਆ, ਤੇ ਟਿਊਸ਼ਨ ਤੇ ਉੱਥੇ ਮੈਡਮ ਨੇ ਇਹਨੂੰ ਬਹੁਤ ਜ਼ਿਆਦਾ ਕੁੱਟਿਆ ਕਿ ਤੂੰ ਛੁੱਟੀ ਕਿਉਂ ਕੀਤੀ ਆ। ਤੇ ਮੈਡਮ ਨਾਲ ਹੋਈ, ਹੁਣ ਸਿਸਟਰ ਦੀ ਗੱਲ ਹੋਈ ਸੀਗੀ, ਉਹ ਕਹਿੰਦੀ ਮੈਂ ਤਾਂ ਕੁੱਟਿਆ ਗਿਆ ਕਿ ਮੇਰੇ ਨਾ ਅੱਜ ਫਾਦਰ ਦੀ ਡੈਥ ਹੋਈ ਸੀ, ਉਹ 'ਚ ਥੋੜ੍ਹਾ ਡਿਪਰੈਸ਼ਰ 'ਚ ਸੀ ਤਾਂ ਕੁੱਟਿਆ ਗਿਆ। ਅੱਛਾ। ਤੇ ਮੈਡਮ ਨੂੰ ਉਹੀ ਗੱਲ ਹੋਈ, ਮੈਡਮ ਕਹਿੰਦੀ ਬੱਚੇ ਨੂੰ ਕੁੱਟਣ ਦਾ ਕੀ ਮਤਲਬ ਆ, ਡੰਡੇ ਹੋਰ ਇੰਨਾ ਬੁਰਾ ਹਾਲ ਕੀਤਾ ਪਿਆ, ਤੁਹਾਨੂੰ ਮੈਂ ਫੋਟੋਆਂ ਦਿਖਾ ਦਿੰਦਾ, ਚਾਹੇ ਬਹੁਤ ਹੀ ਬੁਰਾ ਕੁੱਟਿਆ, ਇੰਨਾ ਨਹੀਂ ਬੁਰਾ ਕੁੱਟਣਾ ਚਾਹੀਦਾ ਕਿ ਜਿੰਨਾ ਬੱਚੇ ਨੂੰ ਕੁੱਟਿਆ ਆ, ਕਿ ਬੱਚਾ ਕੱਲ ਨੂੰ ਜੇ ਕੁਝ ਕਰ ਲਵੇ ਉਹਦਾ ਕੌਣ ਜ਼ਿੰਮੇਵਾਰ ਹੈ, ਸਕੂਲ ਜ਼ਿੰਮੇਵਾਰ ਹੈ? ਇਹ ਚੀਜ਼ ਦੀ ਮੈਡਮ ਨੂੰ ਪੁੱਛਣਾ ਚਾਹੀਦਾ, ਮੈਡਮ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ, ਕੱਲ ਨੂੰ ਹੋਰ ਵੀ ਬੱਚਾ ਕੀ ਕਹਿੰਦੇ ਬੋਲਦਾ, ਕਿਸੇ ਨੂੰ ਕੁੱਟਦੇ ਹੋਣਗੇ ਜੀ, ਅੱਜ ਇਹਨੂੰ ਕੁੱਟਿਆ ਕੱਲ ਕਿਸੇ ਹੋਰ ਦੇ ਨੂੰ ਵੀ ਕੁੱਟਣਗੇ ਜੀ, ਇਸ ਕਰਕੇ ਅਸੀਂ ਅੱਜ ਇਹ ਚੱਕਰ ਇਸ਼ੂ ਚੱਕਿਆ ਕਿ ਕਿਉਂ ਕੁੱਟ ਸਕਦੇ ਤੁਸੀਂ ਬੱਚੇ ਨੂੰ, ਕਿਉਂ ਮਾਰ ਰਹੇ ਹੋ? ਜੇ ਬੱਚੇ ਨੇ ਛੁੱਟੀ ਕਰ ਲਈ ਹੈ ਤੁਸੀਂ ਫਾਈਨ ਪਾ ਦਿਓ, 100 ਪਾ ਦਿਓ, 50 ਪਾ ਦਿਓ, 1000 ਪਾ ਦਿਓ, ਕੋਈ ਦਿੱਕਤ ਨਹੀਂ ਹੈ ਸਾਨੂੰ, ਕਿ ਜੇ ਛੁੱਟੀ ਕਰ ਲਈ ਬੱਚੇ ਨੇ ਐਪਲੀਕੇਸ਼ਨ ਕੁੱਟਣ ਦਾ ਕੀ ਮਤਲਬ ਹੈ ਬੱਚੇ ਨੂੰ? ਪ੍ਰਿੰਸੀਪਲ ਨਾਲ ਗੱਲ ਹੋਈ? ਪ੍ਰਿੰਸੀਪਲ ਦਾ ਨੰਬਰ ਹੀ ਨਹੀਂ ਦੇ ਰਿਹਾ ਉਹ, ਕਹਿੰਦੇ ਪ੍ਰਿੰਸੀਪਲ ਸਵੇਰੇ ਆਊਗੀ, ਪ੍ਰਿੰਸੀਪਲ ਦਾ ਨੰਬਰ ਨਹੀਂ ਅਸੀਂ ਦੇ ਸਕਦੇ, ਸਾਨੂੰ ਅਲਾਊ ਨਹੀਂ ਹੈਗਾ। ਠੀਕ ਹੈ। ਤੇ ਆਪਾਂ ਜੀ ਕਿਹੜੇ ਇਲਾਕੇ ਤੋਂ ਆਏ ਹੋ ਤੁਸੀਂ? ਅਸੀਂ ਟਿੱਬਾ ਰੋਡ ਤੋਂ ਆਏ ਹਾਂ। ਕਿਹੜਾ ਸਕੂਲ, ਕਿਹਦਾ ਨਾਮ ਕੀ ਹੈ? ਪਾਰਸ ਪਬਲਿਕ ਸਕੂਲ, ਪਾਰਸ ਪਬਲਿਕ ਸਕੂਲ ਹੈ। ਅੱਛਾ, ਇਹ ਸਕੂਲ ਕਿੱਥੇ ਹੈਗਾ? ਇਹ ਆਪਣਾ ਟਿੱਬਾ ਰੋਡ ਚੌਂਕੀ ਦੇ ਕੋਲ ਹੀ ਹੈ। ਚੌਂਕੀ ਦੇ ਕੋਲ? ਤੁਸੀਂ ਕਾਰਵਾਈ ਕਰਵਾਈ, ਕੋਈ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ? ਹਾਂਜੀ, ਇਤਲਾਹ ਦਿੱਤੀ ਸੀਗੀ, ਉਹ ਕਹਿੰਦੇ ਤੁਸੀਂ ਪਹਿਲਾਂ ਆਪਣਾ ਕੀ ਕਹਿੰਦੇ ਐਮ ਆਰ ਕਰਵਾ ਲਓ, ਉਸ ਤੋਂ ਬਾਅਦ ਫਿਰ ਆਪਾਂ ਕਰ ਦੇਂਗੇ ਗੱਲ। ਠੀਕ ਹੈ। ਹਾਂਜੀ, ਬਾਕੀ ਦੇਖਦੇ ਹਾਂ ਕਿ ਬੱਚਾ ਕਿੰਨੀ ਉਮਰ ਦਾ? 13 ਸਾਲ ਦਾ। ਬੱਚੇ ਦਾ ਨਾਮ ਕੀ ਹੈ? ਅਮਨ ਚੱਡਾ। ਹਾਂਜੀ, ਅਮਨ ਚੱਡਾ। ਅਮਨ ਚੱਡਾ, ਠੀਕ ਹੈ। ਤੇ ਇਸੇ ਮਾਤਾ ਪਿਤਾ ਨੂੰ ਹੈਗੀ ਹੈ ਇਤਲਾਹ? ਹਾਂਜੀ ਹਾਂਜੀ ਹਾਂਜੀ, ਪਾਪਾ ਮੇਰੇ ਨਾਲ ਹੀ ਆਏ ਆ, ਥੋੜੇ ਉਧਰ ਗਏ ਹੋਗੇ, ਸਭ ਨੂੰ ਪਤਾ ਹੈ, ਇਹਦਾ ਮੈਂ ਬ੍ਰਦਰ ਹੈ, ਵੱਡਾ ਬ੍ਰਦਰ ਹੈ, ਮੈਂ ਹੀ ਸਾਰਾ ਕਰਦੇ ਹਾਂ ਕਿ ਕੱਲ ਨੂੰ ਤੁਸੀਂ ਬੱਚੇ ਨੂੰ ਕਿਉਂ ਕੁੱਟ ਰਹੇ ਹੋ। ਚਲੋ ਠੀਕ ਹੈ, ਅਸੀਂ ਕਹਿੰਦੇ ਹਾਂ ਬੱਚੇ ਨੇ, ਚਲੋ ਸ਼ਰਾਰਤ ਵੀ, ਜੇ ਛੁੱਟੀ ਕਰ ਲਈ ਕੀ ਮਤਲਬ ਹੈ ਕੁੱਟਣ ਦਾ? ਏਦਾਂ ਥੋੜੀ ਕਿ ਆਪਾਂ ਬੱਚਿਆਂ, ਜੇ ਕੱਲ ਨੂੰ ਕੁਛ ਕਰ ਲੈਂਦਾ ਕੌਣ ਜ਼ਿੰਮੇਵਾਰ? ਸਾਨੂੰ ਤਾਂ ਪਤਾ ਹੀ ਨਹੀਂ ਹੈ ਕਿ ਕੁੱਟਿਆ, ਆਇਆ ਮੈਂ ਤਾਂ ਬਾਹਰ ਸੀਗਾ, ਪਾਪਾ ਕੋਲ ਗਿਆ, ਪਾਪਾ ਕੋਲ ਰੋਂਦੇ, ਪਾਪਾ ਨੂੰ ਦੱਸਿਆ ਕਿ ਮੈਨੂੰ ਅੱਜ ਮੈਡਮ ਨੇ ਕੁੱਟਿਆ, ਅੱਗੇ ਵੀ ਕੁੱਟਦੀ ਸੀ, ਕਹਿੰਦੀ ਅੱਜ ਬਹੁਤ ਜ਼ਿਆਦਾ ਕੁੱਟਿਆ ਮੈਡਮ ਨੇ। ਮੈਡਮ ਉਹ ਕਿਹੜੀ ਸਬਜੈਕਟ ਪੜ੍ਹਾਉਂਦੀ ਸੀ ਇਹਨੂੰ? ਖਿੱਚੀਆਂ ਪਈਆਂ ਉਸ ਟਾਈਮ। ਠੀਕ ਹੈ। ਅਮਨ ਚੱਡਾ।
ਤੇ ਮੈਡਮ ਦਾ ਨਾਮ ਕੀ ਹੈ? ਮੈਡਮ ਦਾ ਹੈਗਾ ਮੋਨਿਕਾ। ਮੋਨਿਕਾ ਮੈਡਮ, ਠੀਕ ਹੈ। ਤੇ ਤੁਸੀਂ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ? ਕਰਾਈ ਨਹੀਂ ਰਹੇ, ਕਰਾਈ ਨਹੀਂ ਰਹੇ ਉਹ ਗੱਲ। ਸਕੂਲ ਹੈ ਕਿਹੜੀ ਜਗ੍ਹਾ ਤੇ? ਟਿੱਬਾ ਰੋਡ ਤੇ ਆਪਣਾ ਪਾਰਕ।